ਬਜ਼ੁਰਗ ਭੈਣਾਂ ਜਿੰਨੇ ਵਰਤ ਸਾਹਿਬਾਨ ਬੈਠੇ ਨੇ ਪਹਿਲਾਂ ਫਤਿਹ ਸਾਂਝੀ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਲੋਕਾਂ ਦਾ ਸਾਫ ਬੋਲ ਹੈ ਕਿ ਕਾਂਗਰਸ ਨੇ ਲੋਕਾਂ ਨਾਲ ਮਾਰੀ ਹੈ ਠੱਗੀ। ਇਸ ਵਾਰ ਝੂਠ ਮਾਰ ਕੇ ਕਾਂਗਰਸ ਨੇ ਵੋਟਾਂ ਲਈ ਹੈ, ਝੂਠ ਵੀ ਨਹੀਂ, ਝੂਠ ਤੋਂ ਅੱਗੇ ਟਪਾ ਕੇ ਸੋਹਾਂ ਖਾ ਕੇ ਕਸਮਾਂ ਖਾ ਕੇ ਹਰੇਕ ਸਟੇਜ ਤੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਕੁਛ ਐਮਐਲਏ ਨੇ, ਕੁਛ ਉਹਨਾਂ ਦੇ ਵਰਕਰਾਂ ਨੇ ਬੱਚਾ ਤੱਕ ਕਸਮ ਖਾ ਕੇ ਔਰ ਝੂਠੇ ਫਾਰਮ ਜਿਹੜੇ ਘਰ ਘਰ ਜਾ ਕੇ ਭਰਾ ਕੇ ਵੀ ਤੁਹਾਨੂੰ ਨੌਕਰੀ ਦਿਆਂਗੇ ਫਾਰਮ ਭਰ, ਔਰ ਲੋਕਾਂ ਨੂੰ ਇੱਕ ਬੜਾ ਤਕੜਾ ਝਾਂਸਾ ਦਾ ਕਿ ਬਹੁਤ ਵੱਡੀ ਠੱਗੀ ਕਾਂਗਰਸ ਨੇ ਮਾਰੀ, ਉਸ ਚਾਰ ਬਦਲਾ ਲੋਕ ਲੈਣਗੇ। ਔਰ ਸ਼ਹੀਦਾਂ ਨੇ ਜਿਹੜੀ ਹੈ ਵੋਟ ਦੀ ਤਾਕਤ ਲੈ ਕੇ ਦਿੱਤੀ ਹੈ, ਉਸ ਤਾਕਤ ਨਾਲ ਹੀ ਲੈਣਗੇ। ਤਾਂ ਲੋਕ ਸਾਹਮਣੇ ਨਹੀਂ ਆਉਣਾ ਚਾਹੁੰਦੇ ਕਿਉਂਕਿ ਕਾਂਗਰਸ ਜਿਹੜੀ ਹੈ ਵੋਟ ਮੰਗਣ ਦੇ ਕਾਬਿਲ ਹੀ ਨਹੀਂ ਹੈ, ਲੋਕਾਂ ਦੇ ਵਿੱਚ ਜਾ ਨਹੀਂ ਸਕਦੇ। ਇਹਨਾਂ ਨੇ ਕੀ ਕਰਨਾ ਹੈ ਹੁਣ, ਕੀ ਇਹਨਾਂ ਦੀ ਦੇਖ ਰਹੇ ਨੇ ਵੀ ਸਾਡੇ ਜੇ ਅਗਰ ਕਾਰਪੋਰੇਸ਼ਨਾਂ ਜਾਂ ਨਗਰਪਾਲਿਕਾ ਨਹੀਂ ਆਈਆਂ ਤਾਂ ਸਾਡੀ ਬੜੀ ਨਿਮੋਛੀ ਹੋਣੀ, ਇਸ ਕਰਕੇ ਧੱਕਾ ਕਰਦੇ ਆ। ਧੱਕੇ ਦਾ ਰਿਜ਼ਲਟ ਤੁਸੀਂ ਦੇਖਿਆ ਸਾਡੇ ਉੱਥੇ, ਮਤਲਬ ਹੈ ਮੱਲਾਂ ਵਾਲੇ ਉੱਧਰ ਇਹਨਾਂ ਨੇ ਫਾਰਮ ਰਿਜੈਕਟ ਹਰੇਕ ਥਾਂ 'ਤੇ ਕੋਸ਼ਿਸ਼ ਕੀਤੀ ਹੈ। ਹੁਣ ਇਹਨਾਂ ਦੇ ਜਿਹੜੇ ਅਫਸਰ ਨੇ ਉਹਨਾਂ ਨੂੰ ਉਹ ਕਹਿੰਦੇ ਨੇ, ਕਿਸੇ ਨੂੰ ਡਰਾਉਂਦੇ ਵੀ ਹੈ, ਕਿਸੇ ਨੂੰ ਧਮਕਾਉਂਦੇ ਵੀ ਹੈ, ਕਿਸੇ ਨੂੰ ਲੋਭ, ਕਿਸੇ ਨੂੰ ਲਾਲਚ, ਇਸ ਤਰ੍ਹਾਂ ਦੀ ਗੱਲ ਕਰਦੇ ਆ। ਔਰ ਜਿਹੜੀ ਨਗਰਪਾਲਿਕਾ ਹੈ ਪਿਓਰ ਅਕਾਲੀ ਔਰ ਬੀਜੇਪੀ ਦੀ ਬਣੇਗੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜੈਨੀ ਸਾਹਿਬ, ਇੱਕ ਸ਼੍ਰੋਮਣੀ ਅਕਾਲੀ ਦਲ ਦੀ ਸੂਬਾ ਮੀਤ ਪ੍ਰਧਾਨ ਲੇਡੀਜ਼ ਹੈ ਜਿਹੜੀ, ਉਹਦੇ ਨਾਲ ਧੱਕਾ ਹੋਇਆ, ਜਲੀਲ ਕੀਤਾ ਗਿਆ ਉਹਨੂੰ ਰੱਜ ਕੇ, ਕੀ ਕਹਿਣਾ ਚਾਹੋਗੇ ਕਿ ਸਰਕਾਰ? ਸੁਣੋ, ਉਹਦੇ ਵਿੱਚ ਕੀ ਹੈ ਕਿ ਕਾਨੂੰਨ ਨੇ ਕੰਮ ਕਰਨਾ ਹੈ ਜੀ, ਗਲਤ ਕੰਮ ਕਰਨ ਵਾਲਾ ਬੰਦਾ ਕਦੇ ਨਹੀਂ ਬਖਸ਼ਿਆ ਜਾਂਦਾ ਜੀ, ਤੇ ਕਾਨੂੰਨ ਨੇ ਸਜ਼ਾ ਦੇਣੀ ਦੇਣੀ ਹੈ। ਔਰ ਅਸੀਂ ਉਸ ਚੀਜ਼ ਦੀ ਨਿੰਦਾ ਕਰਦੇ ਹਾਂ ਵੀ ਇਸ ਤਰ੍ਹਾਂ ਦੀ ਕਾਂਡ ਕਿਸੇ ਨਾਲ ਵੀ ਨਹੀਂ, ਜੇ ਅਕਾਲੀ ਦਲ ਦੀ ਹੋਵੇ, ਭਾਵੇਂ ਕਾਂਗਰਸ ਦੀ ਹੋਵੇ, ਕਿਸੇ ਤਰ੍ਹਾਂ ਦੀ ਕੋਈ ਮਹਿਲਾ ਕਿਸੇ ਸਮਾਜ ਦੀ ਹੋਵੇ, ਇਸ ਤਰ੍ਹਾਂ ਦੀ ਕਾਨੂੰਨੀ ਹਰਕਤ ਕਿਸੇ ਨਾਲ ਕਦੇ ਨਹੀਂ ਹੋਣੀ ਚਾਹੀਦੀ, ਦੁਸ਼ਮਣ ਨਾਲ ਵੀ ਨਹੀਂ ਹੋਣੀ ਚਾਹੀਦੀ ਹੈ। ਅਸੀਂ ਘੋਰ ਨਿੰਦਾ ਕਰਦੇ ਹਾਂ ਔਰ ਅਸੀਂ ਪ੍ਰਾਰਥਨਾ ਕਰਦੇ ਹਾਂ ਭਗਵਾਨ ਈਸ਼ਵਰ ਤੋਂ ਵੀ ਕਿ ਉਹ ਵੀ ਇਨਸਾਫ਼ ਦੇਵੇ ਅਤੇ ਕਾਨੂੰਨ ਵੀ ਦੇਵੇ ਔਰ ਅੱਗੇ ਵਾਸਤੇ ਕਿਸੇ ਦੀ ਅਜਿਹੀ ਜ਼ਰੂਰਤ ਨਾ ਬਣੇ।